ਸਵਾਦ ਹੀ ਬਣ ਜਾਣਾ ਸੀ ਟੱਬਰ ਦਾ ਕਾਲ, ਕਿਤੇ ਤੁਸੀਂ ਨਾ ਕਰ ਦਿਓ ਆ ਅਣਗਹਿਲੀ। ਆਖਿਰ ਹੁਣ ਇਨਸਾਨ ਕਿੱਥੋਂ ਕਿੱਥੋਂ ਆਪਣਾ ਬਚਾਅ ਕਰੇਗਾ, ਜਿਸਦੀ ਕਿ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਰੇ ਧਨੀਏ ਵਿੱਚ ਇੱਕ ਬਿੱਛੂ ਬੈਠਾ ਦਿਖਾਈ ਦੇ ਰਿਹਾ ਹੈ। ਅਕਸਰ ਹੀ ਬਹੁਤ ਸਾਰੇ ਪਰਿਵਾਰ ਦਾਲਾਂ ਸਬਜ਼ੀਆਂ ਨੂੰ ਸਵਾਦਿਸ਼ਟ ਬਣਾਉਣ ਲਈ ਉਸ ਵਿੱਚ ਹਰਾ ਧਨੀਆ ਪਾਉਂਦੇ ਨੇ। ਸੋ ਇਸੇ ਤਰ੍ਹਾਂ ਇਸ ਪਰਿਵਾਰ ਨੇ ਬਾਜ਼ਾਰ ਵਿੱਚੋਂ ਇੱਕ ਧਨੀਏ ਦੀ ਗੁੱਟੀ ਲਿਆਂਦੀ ਸੀ ਅਤੇ ਜਦੋਂ ਇਸ ਪਰਿਵਾਰ ਨੇ ਦਾਲ ਵਿੱਚ ਧਨੀਏ ਨੂੰ ਪਾਉਣ ਲਈ ਗੁੱਟੀ ਖੋਲ ਕੇ ਧੋਣ ਲੱਗੀ ਤਾਂ ਉਸ ਵਿੱਚੋਂ ਇੱਕ ਬਿੱਛੂ ਨਿਕਲਿਆ ਆ, ਜਿਸ ਨੂੰ ਦੇਖ ਔਰਤ ਡਰ ਕੇ ਇੱਕੋ ਦਮ ਪਾਸੇ ਹੋ ਗਈ, ਜਿਸਦੀ ਕਿ ਪਰਿਵਾਰ ਨੇ ਮੌਕੇ ਤੇ ਵੀਡੀਓ ਬਣਾ ਲਈ। ਸੋ ਤੁਸੀਂ ਵੀ ਰੱਖੋ ਪੂਰਾ ਧਿਆਨ ਅਤੇ ਕੋਈ ਵੀ ਕੰਮ ਕਰਨ ਲੱਗੇ ਕਿਸੇ ਵੀ ਤਰ੍ਹਾਂ ਦੀ ਕਾਹਲੀ ਨਾ ਕਰੋ, ਕਿਉਂਕਿ ਅੱਜ ਕੱਲ ਇਹ ਨਹੀਂ ਪਤਾ ਕਿ ਕਿਸ ਚੀਜ਼ ਵਿੱਚ ਕੀ ਨਿਕਲ ਆਵੇ ਜੋ ਕਿ ਇੱਕ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ। ਸੋ ਇਸ ਵੀਡੀਓ ਨੂੰ ਆਪਣੇ ਰਿਸ਼ਤੇਦਾਰਾਂ ਅਤੇ ਯਾਰਾਂ ਦੋਸਤਾਂ ਤੱਕ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕੋਈ ਵੀ ਅਣਗਹਿਲੀ ਨਾ ਕਰੇ। ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।